ਕਿਰਤਕ ਲਈ ਜੋ ਜਿਹੜਾ ਤੁਸੀਂ ਦਸਵੰਦ ਕਰਦੇ ਹੋ ਉਹ ਤੁਸੀਂ ਸੇਵਾ ਤੇ ਲਾਓ ਤੇ ਉਹਨੂੰ ਸੇਵਾ ਕਰਨ ਦੇ ਨੇ ਤੁਸੀਂ ਗੁਰਦੁਆਰਾ ਕਮੇਟੀ ਤੋਂ ਬਸਾ ਲੈ ਲੋ ਗੁਰਦੁਆਰਾ ਕਮੇਟੀ ਤੋਂ ਰਾਸ਼ਨ ਲੰਡੋ ਗੁਰਦੁਆਰਾ ਕਮੇਟੀ ਤੋਂ ਫੀਸ ਤੋਂ ਮੁਆਫ ਕਰਾ ਲੋ ਔਰ ਤੁਸੀਂ ਉਹਨੂੰ ਸੇਵਾ ਕਰਨ ਦੇਉ ਇਹ ਤੇ ਤੁਸੀਂ ਮੀਡੀਏਟਰ ਦਾ ਕੰਮ ਕਰ ਰਹੇ ਹੋ ਉਹਨੂੰ ਰੰਗ ਤੇ ਆ ਕੇ ਗਿਆ ਦੱਸਿਆ ਕਿ ਇਹ ਦੇਖੋ ਜੀ ਸਾਨੂੰ ਇਹ ਸ਼ਿਕਾਇਤ ਹੈ ਇਹ ਆਪਣੇ ਆਪਣਾ ਨੰਬਰ ਲਿਖ ਰਿਹਾ ਤਾਂ ਮੈਂ ਇਹ ਬੋਲਣਾ ਚਾਹੁੰਦਾ ਜੀ ਅੱਜ ਇਸ ਘਟਨਾ ਆਪ ਜੀ ਨੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮਿੰਦਰ ਸਿੰਘ ਕਾਲਗਾ ਜੀ ਨੂੰ ਕੀਤੀ ਪਰਮੇਸ਼ਰ ਸਿੰਘ ਕਾਲਗਾ ਨੂੰ ਕੀ ਕਰਾਂ ਹਰਮਿੰਦਰ ਸਿੰਘ ਕਾਲਗਾ ਤੇ ਆਪ ਨਜਾਇਜ਼ ਕਮੇਟੀ ਬੈਸ ਲਾ ਕੇ ਬੈਠਾ ਹੋਇਆ ਉਹ ਤਾਂ ਤੱਕਾ ਤੇ ਸਰਕਾਰੀ ਕਮੇਟੀ ਹੈ ਸਭ ਨੂੰ ਪਤਾ ਬੀਜੇਪੀ ਸਪੋਰਟਿੰਗ ਕਮੇਟੀ ਹੋਰ ਬੀਜੇਪੀ ਨੇ ਸਾਨੂੰ ਤੱਕਾ ਮਾਰ ਕੇ ਬਾਹਰ ਕਟਵਾਇਆ ਪੁਲਿਸ ਨੇ ਰਾਤੀ ਟਾਈਮ ਤੇ ਜਾ ਕੇ ਵੋਟਾਂ ਝੂਠੀਆਂ ਪਾ ਕੇ ਉਹ ਕਮੇਟੀ ਬਣੀ ਹੈ ਉਹ ਕਮੇਟੀ ਹੈ ਵੜਾ ਵੜਾ ਇਲਜ਼ਾਮ ਲਗਾ ਰਹੇ ਪਰਮਜੀਤ ਸਿੰਘ ਪਾਰਟੀ ਸੰਗਤ ਦਾ ਕੰਮ ਰੁਕਵਾਉਂਦੇ ਨੇ ਰੁਕਵਾਉਂਦੇ ਨੇ ਕਿਉਂਕਿ ਜਦੋਂ ਮੈਂ ਗੁਰਦੁਆਰਿਆਂ ਦੀ ਸਹਾਇਤਾ ਲਈ ਜਾਂ ਕੰਸਟਰਕਸ਼ਨ ਵਾਸਤੇ ਜਿਹੜਾ ਰੋੜ ਹੈ ਉਹਨਾਂ ਦੀ ਬੰ ਭੇਜਦਾ ਚਿੱਠੀ ਉਹ ਉਹਨੂੰ ਰੁਕਵਾ ਦਿੰਦੇ ਨੇ ਉਹ ਉੱਥੇ ਕੋਈ ਕਮੇਟੀ ਤੇ ਉਹਨਾਂ ਕੋਲ ਕੱਲ੍ਹ ਕੱਲੋ ਕੋ ਉਹ ਗਰੁੱਪਾਂ ਚ ਉਹਨੇ ਵੀਡੀਓ ਪਾਈ ਹੈ ਜਿਦੇ ਵਿੱਚ ਲੋਕਾਂ ਨੇ ਉਹਨਾਂ ਦੇ ਖਿਲਾਫ ਮੈਸੇਜ ਸੈਂਡ ਕੀਤੇ ਹੋਏ ਨੇ ਅ ਵੀਰੀ ਸ਼ੇਮ ਔਨ ਯੂ ਕਿ ਵੀ ਤੁਸੀਂ ਹਾਰਨ ਤੋਂ ਬਾਅਦ ਵੀ ਮੈਂਬਰ ਬਣਨ ਦੀ ਗੱਲ ਕਰ ਰਹੇ ਹੋ। ਔਰ ਕੱਲ ਰਾਤੀ ਵੀ ਸਿਫਾਰਿਸ਼ਾਂ ਦਾ ਬੜਾ ਦੌਰ ਚੱਲ ਰਿਹਾ ਕੋਟਲਾ ਥਾਣੇ ਸਿਫਾਰਿਸ਼ਾਂ ਦਾ ਦੌਰ ਚੱਲਦਾ ਰਹੇਗਾ ਔਰ ਅੱਜ ਉਹਨਾਂ ਨੂੰ ਬੁਲਾਇਆ ਵੀ ਹੋਇਆਗਾ ਔਰ ਸਾਡੇ ਕੋਲੋਂ ਲੋਕਲ ਪੁਲਿਸ ਨੇ ਕੁਝ ਕੁਐਸ਼ਨ ਮੰਗੇ ਸੀ ਰੇਸ ਕੀਤੇ ਸੀ ਅਸੀਂ ਉਹ ਫੁੱਲਫਿਲ ਕਰ ਦਿੱਤਾ ਹੈਗਾ ਔਰ ਬਹੁਤ ਜਲਦ ਉਮੀਦ ਹੈ ਕਿ ਐਫ ਆਈ ਆਰ ਹੋਏਗੀ ਹੋਈਗੀ। ਨੀ ਕਮੇਟੀ ਕੋਈ ਇਹ ਕੰਮ ਰ ਆ ਗਿਆ ਕਿ ਉਹਨਾਂ ਥਾਣੇ ਫੋਨ ਕਰਨ ਜੋ ਕਿ ਰਹੀ ਦਿੱਲੀ ਕਮੇਟੀ ਆ ਤੜਾ ਕਹਿੰਦਾ ਮਤਲਬ ਇਹ ਹੈ ਬਿਲਕੁਲ ਸਰ ਆਪਣੇ ਬੰਦੇ ਨੂੰ ਬਚਾਣਗੇ ਨਾ ਚੋਰ ਕੋਈ ਕਹਿੰਦਾ ਕਿ ਮੈਂ ਚੋਰੀ ਕੀਤੀ ਹੈਗੀ ਹੈ ਆਪਣੇ ਬੰਦੇ ਨੂੰ ਤਾਂ ਬਚਾਣਗੇ ਗਲਤੀ ਤੇ ਆਈ ਹੈ acha agar todi gal vaddi karne ha agar galti nahi kiti hondi itte apne do din baad withdraw kyu kar jande ਐਸੋ ਲਾਸ਼ਪਤ ਨਗਰ ਦੇ ਅੰਦਰ ਵੀ ਬਿਆਨਬਾਜ਼ੀ ਦਾ ਦੌਰ ਚੱਲਦਾ ਪਿਆ ਹੈ ਪਿਛਲੇ ਦਿਨੋਂ ਐਕਸ ਮੈਂਬਰ ਕੋਈ ਮੈਂਬਰ ਜਿਹੜੇ ਜਿੱਤ ਨਹੀਂ ਪਾਏ ਪਾੜੀਆ ਸਾਹਿਬ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ ਜਿਸ ਦੇ ਉੱਤੇ ਸਾਨੀ ਸਾਹਿਬ ਕੋ ਸਾਨੀ ਸਾਹਿਬ ਦੀ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ데요 ਗੁਰਜੀ ਸਾਨੀ ਜੀ ਪਾੜੀਆ ਸਾਹਿਬ ਦਾ ਬਿਆਨ ਆਵਜਿ ਨੂੰ ਸੁਣਿਆ ਸੀ ਤੇ ਉਹ ਕਹਿੰਦੇ ਨੇ ਮੈਂ ਨਹੀਂ ਸੇਵਾ ਕਰ ਰਹੇ ਆ ਉਹ ਨਾਲ ਮੈਂ ਸੰਗਤ ਨੂੰ ਬਸਾ ਦੇ ਰਹੇ ਆਂ ਰਾਸ਼ਨ ਦੇ ਰਹੇ ਆਂ ਬੱਚੇ ਦੀ ਫੀਸਾ ਮਾਫ ਕਰਾਉਂਦੀ ਆਂ ਕੋਸ਼ਿਸ਼ ਕਰ ਰਹੇ ਆਂ ਤੇ ਤੁਸੀਂ ਤੁਸੀਂ ਆਹ ਕਮੇਟੀ ਦਾ ਬੰਦ ਲੱਗੇ ਹੋਏ ਹੋ ਉਹਨਾਂ ਸੇਕ ਬੰਦ ਸੰਗਤ ਦੀ ਸੇਵਾ ਕਰ ਰਹੇ ਆ ਤੇ ਤੁਸੀਂ ਕੀ ਕਮੇਟੀ ਦਾ ਬਾਰ ਚੰਗਾ ਲੱਗਦਾ ਤੁਸੀਂ ਸੇਵਾ ਕਿਉਂ ਕਹਿੰਦੇ ਹੋ ਇਹ ਮੈਂ ਜਣਾ ਤਾਂ ਸੋਂ ਤੋਂ ਕਿਤੇ ਜਨ ਸੇਵਾ ਕਹਿੰਦੇ ਆ ਸੇਵਾ ਦੇਣੀ ਹੋਰ ਜਿਹੜੀ ਤੁਹਾਡੀ ਆਪਣੀ ਕਿਰਤ ਕਮਾਈ ਹੈ ਕਿਰਤ ਕਮਾਈ ਜੋ ਜਿਹੜਾ ਤੁਸੀਂ ਦਸਵੰਦ ਕਰਦੇ ਹੋ ਉਹ ਤੁਸੀਂ ਸੇਵਾ ਤੇ ਲਾਓ ਤੇ ਉਹਨੂੰ ਸੇਵਾ ਕਹਿੰਦੇ ਨੇ ਤੁਸੀਂ ਗੁਜ਼ਾਰਾ ਕਮੇਟੀ ਤੋਂ ਬਸਾ ਲੈ ਲੋ ਗੁਰਦੁਆਰਾ ਕਮਿਟੀ ਤੋਂ ਰਾਸ਼ਨ ਲਾ ਲੋ ਗੁਰਦੁਆਰਾ ਕਮਿਟੀ ਤੋਂ ਫੀਸ ਤਾ ਮੁਆਫ ਕਰਾ ਲੋ ਔਰ ਤੁਸੀ ਨੂੰ ਸੇਵਾ ਕਰਦੇ ਹੋ ਇਹ ਤੇ ਤੁਸੀ ਮੀਡੀਏਟਰ ਦਾ ਕੰਮ ਕਰ ਰਹੇ ਹੋ ਸੇਵਾ ਨਹੀਂ ਕਰ ਰਹੇ ਰਾਸ਼ਨ ਉੱਤੋਂ ਪਰ ਲਿਆ ਲਿਆ ਕੇ ਵੰਡਣ ਦਿੱਤਾ ਐ ਨਹੀਂ ਹੁੰਦਾ ਰਾਸ਼ਨ ਦਾ ਦੇ ਕੇ ਕੋਵਿਡ ਦੀ ਸੇਵਾ ਕੀਤੀ ਅਸੀਂ ਨਹੀਂ ਅਸੀਂ ਕੀਤੀ ਹੈ ਆਪਣੀ ਨੇ ਕੀ ਕੀਤਾ ਸੀ ਅਸੀਂ ਦੱਸੋ ਆਪਣੇ ਦਸਵੰਦ ਚੋਂ ਲਿਆ ਕੇ ਰਾਸ਼ਨ ਲੋਕ ਉਸ ਗੁਰਦੁਆਰੇ ਤੋਂ ਵੰਡਿਆ ਔਰ ਇਹ ਗੁਰਦੁਆਰੇ ਤੋਂ ਆਪਣੀ ਨੋਵਾ ਭਰ ਕੇ ਲਿਆ ਕੇ ਵੰਡਦਾ ਰਿਹਾ ਅਸੀਂ ਸਵਾਗਤ ਕੀਤੀ ਸੇਵਾ ਉਹਨੇ ਨਹੀਂ ਬਸ ਦਸਤਾਨਾ ਕਰੀਓ ਸੇਵਾ ਉਹ ਨਹੀਂ ਹੈ ਕਿ ਤੁਸੀਂ ਤੁਸੀਂ ਗੁਵਾਰਾ ਚੁੱਕ ਕੇ ਲਿਆਉ ਤੇ ਉਹਨੂੰ ਕਰਤਾ ਤੁਸੀਂ ਤੇ ਲੋਗਾਂ ਦੇ ਜਿਹੜੇ ਇਲੈਕਟਿਡ ਮੈਂਬਰ ਉਹਦੇ ਕੰਮ ਰੁਕਵਾਂਦੇ ਹੋ ਸੰਗਤ ਤੁਹਾਨੂੰ ਨਕਾਰਿਆ ਦੋ ਵਾਰੀ ਤੁਸੀਂ ਉਸ ਤੇ ਲੱਗ ਰਹੇ ਹੋ ਤੇ ਆਪਣੇ ਦੇਖੋ ਪਿਛਲੇ ਦਿਨ ਉਹਨਾਂ ਨੇ ਪੋਸਟਰ ਛਾਪਿਆ ਸੀ ਉਸ ਤੇ ਉਹ ਲਿਖਦੇ ਵੀ ਰਹੇ ਕਿ ਮੈਂਬਰ ਡੀਐਸਜੀਐਮਸੀ ਤੇ ਤੁਹਾਡੇ ਕੰਮ ਰੁਕਵਾਂਦੇ ਨੇ ਬਿਲਕੁਲ ਉਹਦੇ ਦੀ ਪਹਿਲੀ ਗੱਲ ਤੇ ਪੋਸਟਰ ਛਾਪਿਆਂ ਤੋਂ ਉਹ ਮੈਂਬਰ ਨਹੀਂ ਹੈਗਾ ਮੈਂ ਕਹਨੂੰ ਲਿਖਿਆ ਤਾਂ ਕਿ ਮੈਂ ਚੀਫ ਮਿਨਿਸਟਰ ਆਫ ਦਿੱਲੀ ਆਂ ਛਾਪ ਸਕਦਾ ਮੈਂ ਚੀਫ ਮਿਨਿਸਟਰ ਆਪਣੇ ਥੱਲੇ ਲਿਖ ਸਕਦਾ ਉਹਨੇ ਕਿਵੇਂ ਲਿਖ ਲਿਆ ਸਾਰੇ ਨੰਬਰ ਦਿੱਲੀ ਕੇ ਬਟੇ ਦਾ ਨੰਬਰ ਆ ਉਹਦੀ ਕੰਪਲੇਂਟ ਤਾਂ ਕੀਤੀ ਹੈ ਐਵੇਂ ਨਹੀਂ ਕੀਤੀ ਐਵੇਂ ਮੈਂ ਮੂਰਖ ਦੇ ਕਿ ਬੰਦ ਉਸ ਰੰਗ ਤੇ ਆ ਕੇ ਗਿਆ ਦੱਸਿਆ ਕਿ ਗਏ ਦੇਖੋ ਜੀ ਇਹ ਸਾਨੂੰ ਇਹ ਸ਼ਿਕਾਇਤ ਹੈ ਇਹ ਆਪਣੇ ਉਹ ਨੰਬਰ ਲਿਖ ਰਿਹਾ ਤਾਂ ਮੈਂ ਇਹ ਬੋਲਣਾ ਚਾਹੁੰਦਾ ਜੀ ਅੱਜ ਕਿਹੜਾ ਆਪ ਜੀ ਨੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮਿੰਦਰ ਸਿੰਘ ਕਾਲਗਾ ਜੀ ਨੂੰ ਕੀਤੀ ਪਰਵੇਸ਼ ਸਿੰਘ ਕਾਲਗਾ ਨੂੰ ਕੀ ਕਰਾਂ ਹਰਮਿੰਦਰ ਸਿੰਘ ਕਾਲਗਾ ਤੇ ਆਪ ਨਜਾਇਜ਼ ਕਮੇਟੀ ਬੈਸ ਲਾ ਕੇ ਬੈਠਾ ਹੋਇਆ ਉਹ ਤਾਂ ਤੱਕਾ ਤੇ ਸਰਕਾਰੀ ਕਮੇਟੀ ਹੈ ਸਭ ਨੂੰ ਪਤਾ ਹੈ ਬੀਜੇਪੀ ਸਪੋਰਟਿੰਗ ਕਮੇਟੀ ਹੈ ਤੇ ਬੀਜੇਪੀ ਨੇ ਸਾਨੂੰ ਤੱਕਾ ਮਾਰ ਕੇ ਬਾਹਰ ਕਟਵਾਇਆ ਪੁਲਿਸ ਤੋਂ ਤੇ ਰਾਤੀ ਟਾਈਮ ਤੇ ਜਾ ਕੇ ਵੋਟਾਂ ਝੂਠੀਆਂ ਪਾ ਕੇ ਉਹ ਕਮੇਟੀ ਬਣੀ ਹੈ ਉਹ ਕਮੇਟੀ ਹੈ ਉਹ ਨੂੰ ਮੈਂ ਕਮੇਟੀ ਸਮਝਦੇ ਨਹੀਂ ਉਹ ਕੀ ਕਮੇਟੀ ਹੈ ਜਿਹੜੀ ਜਿਹੜੀ ਕੋਨਸਟੀਟਿਊਸ਼ਨਲ ਚੱਲੇ ਜਿਹੜੀ ਕੋਈ ਕਮੇਟੀ ਇਹ ਵੇ ਪੱਖਪਾਤ ਹੋਏ ਜਿਹੜੇ ਇਲੈਕਟਿਡ ਮੈਂਬਰ ਨੇ ਉਹਨਾਂ ਦੇ ਕੰਮ ਨਹੀਂ ਕਰਦੇ ਜਿਹੜੇ ਜਿਹੜੇ ਜਿਹਨਾਂ ਨੂੰ ਸੰਗਤਾਂ ਨੇ ਨਕਾਰ ਦਿੱਤਾ ਉਹਨਾਂ ਨੂੰ ਕਹਿੰਦੇ ਨੇ ਵੀ ਠੀਕ ਹੈ ਅਸੀਂ ਭੇਜਦੇ ਹਾਂ ਕੋਈ ਚਿੱਠੀ ਕਿਸੇ ਦੀ ਤੇ ਉਹਨਾਂ ਨੂੰ ਸੁਧਿ ਗੁਜ਼ਾਰਿਆਂ ਦੀ ਜਾਂ ਦੂਸਰੇ ਚਿੱਠੀ ਭੇਜਦੇ ਹਾਂ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਪਈ ਜਾਂਦੀ ਹੈ ਔਰ ਇਹੋ ਜਿਹੇ ਬੰਦੇ ਜਿਹੜੇ ਵਰਮਦੀ ਸਿੰਘ ਪਾੜੀਏ ਵਰਗੇ ਨੇ ਇਹ ਜਾ ਕੇ ਰੁਕਵਾਂਦੇ ਨੇ ਕੰਮ ਸੰਗਤ ਦਾ ਗਾਉਂ ਫਿਰ ਅਸੀਂ ਕੀ ਕਰਦੇ ਹਾਂ ਅਸੀਂ ਬੜਾ ਵੱਡਾ ਇਲਜ਼ਾਮ ਲਗਾ ਰਹੇ ਪਰਮਜੀਤ ਸਿੰਘ ਪਾਰਟੀ ਸੰਗਤ ਦਾ ਕੰਮ ਰੁਕਵਾਉਂਦੇ ਨੇ ਰੁਕਵਾਉਂਦੇ ਨੇ ਕਿਉਂਕਿ ਜਦੋਂ ਮੈਂ ਗੁਰਦੁਆਰਿਆਂ ਦੀ ਸਹਾਇਤਾ ਲਈ ਜਾਂ ਕੰਸਟਰਕਸ਼ਨ ਵਾਸਤੇ ਜਿਹੜਾ ਰੋਡ ਹੈ ਉਹਨਾਂ ਦੀ ਬੰ ਭੇਜਦਾ ਚਿੱਠੀ ਉਹ ਉਹਨੂੰ ਰੁਕਵਾ ਦਿੰਦੇ ਨੇ ਉਹ ਉਹ ਉੱਥੇ ਕੋਈ ਕਮੇਟੀ ਤੇ ਉਹਨਾਂ ਕੋਲ ਕੱਲ੍ਹ ਕੱਲੋ ਕੋ ਛੜਨਾ ਨੂੰ ਚੁਗਸਾ ਵੀ ਮੌਜੂਦ ਹੈ ਜੀ ਚੁਗਸਾ ਜੀ ਆਪ ਤੇ ਸਵਾਲ ਬੋਲੋ ਆਪ ਜੀ ਨੇ ਕੰਪਲੇਂਟ ਪਾਈ ਆਪ ਜੀ ਨੂੰ ਕਿਉਂ ਕੀ ਲੋੜ ਬਈ ਇਹ ਕਮੇਡੀਆਂ ਦੀ ਆਪਸ ਦੀ ਲੜਾਈ ਸੀ ਆਪ ਜੀ ਨੂੰ ਵਿਚਕਾਰ ਪਾਰਟੀ ਬਣਾਉਣ ਦੀ ਕੀ ਲੋੜ ਪੈ ਗਈ ਨਹੀਂ ਕਮੇਟੀ ਦੀ ਲੜਾਈ ਨਹੀਂ ਹੈ ਮੈਂਬਰ ਤੇ ਵੋਟ ਜਿਹੜਾ ਉਹਨੇ ਲਿਖਿਆਗਾ ਵੋਟ ਨੰਬਰ 35 ਮੈਂਬਰ ਤੇ ਵੋਟ ਨੰਬਰ ਤੇ ਸਾਡਾ ਕੋਟਲਾ ਵੀ ਉਹਦੇ ਵਿੱਚ ਸ਼ਿਕਾਰ ਪੈਂਦਾ ਹੈ ਨਾ ਇਸ ਤਰ੍ਹਾਂ ਤੇ ਕਿਸੇ ਨਾਲ ਵੀ ਗੁੰਮਰਾਹ ਤੁਸੀਂ ਕਿਸੇ ਨੂੰ ਵੀ ਕਰੋਗੇ ਚੀਟਿੰਗ ਕਰੋਗੇ ਇੱਕ ਜਿਹੜਾ ਬੰਦਾ ਜਿੱਤਿਆ ਹੈਗਾ ਉਹ ਹਾਰਾ ਸਮਝੇਗਾ ਜਿਹੜਾ ਬੰਦਾ ਹਾਰਾ ਹੈ ਉਹ ਜਿੱਤਿਆ ਸਮਝੇਗਾ ਇਹ ਤੇ ਸਰਸਰ ਚੀਟਿੰਗ ਹੈਗੀ ਹੈ ਅਸੀਂ ਕੰਪਲੇਂਟ ਪਾਈ ਹੈ ਇਹਦੇ ਵਿੱਚ 419 ਔਰ 420 ਵਿੱਚ ਔਰ ਬਹੁਤ ਜਲਦ ਉਮੀਦ ਹੈ ਕਿ ਵੀ ਪੁਲਿਸ ਇਹਦੇ ਵਿੱਚ ਮੁਕੱਦਮਾ ਦਰਜ ਕਰੇਗੀ ਅਗਰ ਪੁਲਿਸ ਮੁਕੱਦਮਾ ਦਰਜ ਨਹੀਂ ਕਰਦੀ ਤੇ 156 ਦਿਨ ਦੀ ਪੂਰੀ ਤਿਆਰੀ ਅਸੀਂ ਕਰ ਲਈਤੀ ਹੈਗੀ ਔਰ ਇਹਦੇ ਵਿੱਚ ਮੁਕੱਦਮਾ ਹੋਣਾ ਚਾਹੀਦਾ ਹੈ ਔਰ ਇਹ ਪੂਰੀ ਕਮੇਟੀ ਹੈ ਜਿੰਨੇ ਵੀ ਮੈਂਬਰ ਨੇ 70 75 ਬਹੁਤ ਜਿਆਦਾ ਸੇਵਾ ਤੇ ਕਰ ਹੀ ਰਹੇ ਸੀ ਨਾ ਸੇਵਾ ਮਿਰਜੀ ਅਸਲੋ ਸੇਵਾ ਕਰ ਰਹੇ ਨੇ ਤੁਹਾਡੀ ਮੈਂ ਤੇ ਸੁਣਿਆ ਹੈ ਕਿ ਸੇਵਾ ਕਰ ਰਹੇ ਨੇ ਅੱਜ ਤੱਕ ਅਸੀਂ ਵੀ 2.5 ਸਾਲ ਤੋਂ ਗੁਰਦੁਆਰੇ ਦੀ ਸੇਵਾ ਕਰ ਰਹੇ ਆ ਤੇ ਅਸੀਂ ਤੇ ਆਪਣਾ ਕੋਈ ਇਸ਼ਤਿਹਾਰ ਨਹੀਂ ਚਪਵਾਏ ਅਸੀਂ ਤੇ ਬਲਕਿ ਇੱਥੇ ਇਸ ਗੁਰਦੁਆਰੇ ਦੀ ਤੁਹਾਨੂੰ ਮਿਸਾਲ ਦਿੰਨੇ ਆ ਅਸੀਂ ਤੇ ਪ੍ਰਧਾਨ ਸ਼ਬਦ ਵਰਡ ਹੀ ਹਟਾ ਦਿੱਤਾ ਹੈਗਾ ਜਿਹੜਾ ਕੋਈ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰਦੇ ਉਹਨੂੰ ਸਾਈਡ ਕਰ ਦਿੰਨੇ ਆ ਕਿ ਸੇਵਾ ਕਰਨੀ ਹੈ ਤੇ ਬਿਨਾ ਪਦ ਤੋਂ ਆਓ ਇਹ ਪਦ ਨਹੀਂ ਹੋਣ ਤੋਂ ਬਾਅਦ ਇਹ ਪਦ ਲੈ ਕੇ ਬੈਠੇ ਨੇ ਤੇ ਇਹ ਤੇ ਇੱਕ ਲੈਸਨ ਵੀ ਦੇਣਾ ਪਏਗਾ ਨਹੀਂ ਤੇ ਅੱਗੇ ਹੋਰ ਵੀ ਕੋਈ ਬੰਦੇ ਆ ਰਹੇ ਹੋਏ ਸਭ ਆਪਣੇ ਨਾਪ ਨੂੰ ਮੈਂਬਰ ਲਿਖਵਾਉਣ ਲੱਗ ਗਏ ਇੱਕ 35 ਲਿਖ ਰਿਹਾ ਕੋਈ 36 ਲਿਖੇ ਕੋਈ 37 ਇਹ ਠੀਕ ਨਹੀਂ ਹੈਗਾ ਕਿ ਕਿ ਹੋ ਰਿਹਾ ਉਹ ਮਗਾ ਸੰਗਤ ਉਹ ਕਹਿੰਦੇ ਨੇ ਮੈਂ ਸੰਗਤੀ ਬਸਾ ਭੇਜ ਰਿਹਾ ਮੈਂ ਰਸ਼ਨ ਲੈ ਕੇ ਆ ਰਿਹਾ ਉਹਨਾਂ ਦੀ ਆਪ ਜੀ ਵੀਡੀਓ ਦੇਖੀ 1.5 ਤੋਂ 2 ਮਿੰਟ ਦੀ ਵੀਡੀਓ ਸੁਣੀ ਹੋਈ ਆਪ ਜੀ ਨੇ ਵੀ ਯਾਦ ਉਹ ਵੀਡੀਓ ਪਾ ਕੇ ਉਹਨਾਂ ਨੇ ਤੇ ਆਪਣਾ ਚੁੰਗਲ ਚ ਹੋਰ ਫਸ ਗਏ ਨੇ ਕਿਵੇਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਵੀ ਪਤਾ ਚੱਲ ਗਿਆ ਔਰ ਆਲਰੇਡੀ ਉਹ ਗਰੁੱਪਾਂ ਚ ਉਹਨਾਂ ਨੇ ਵੀਡੀਓ ਪਾਈ ਹੈ ਜਿਦੇ ਵਿੱਚ ਲੋਕਾਂ ਨੇ ਉਹਨਾਂ ਦੇ ਖਿਲਾਫ ਮੈਸੇਜ ਸੈਂਡ ਕੀਤੇ ਹੋਏ ਨੇ ਬੇ ਵੈਰੀ ਸ਼ੇਮ ਔਨ ਯੂ ਕਿਵੇਂ ਤੁਸੀਂ ਹਾਰਨ ਤੋਂ ਬਾਅਦ ਵੀ ਮੈਂਬਰ ਬਣਨ ਦੀ ਗੱਲ ਕਰ ਰਹੇ ਹੋ ਤੇ ਸਰਕਾਰ ਕੀ ਜਿੱਤੀ ਆ ਬੰਦਾ ਤੇ ਜਿੱਤੀ ਹੀ ਰਹੇਗਾ ਆ ਰਹੇ ਆ ਰਹੇ ਰਹੇਗਾ ਉਹਨੂੰ ਕਿਸ ਤਰ੍ਹਾਂ ਪਾਵਰ ਦਿੱਤੀ ਗਈ ਫਿਰ ਆਈਪੀਸੀ ਸੀਆਰਪੀ ਦੇ ਬੜੇ ਪ੍ਰਾਵਧਾਨ ਨੇ ਅਗਰ ਤੁਸੀਂ ਕਹਿ ਰਹੇ ਹੋ ਕਰੋਸ਼ਨ ਕਰ ਰਹੇ ਹੋ ਕਿ ਉਹ ਸੇਵਾ ਕਰ ਰਹੇ ਨੇ ਤੇ ਆਈਪੀਸੀ ਅਜੇ ਪ੍ਰਾਵਧਾਨ ਨਹੀਂ ਹੁੰਦੇ ਕਿ ਇਹਨਾਂ ਦੇ ਖਿਲਾਫ ਮੁਕਦਮਾ ਨਾ ਹੋਵੇ ਇਨਵੈਸਟੀਗੇਸ਼ਨ ਨਾ ਹੋਵੇ ਵੈਰੀ ਨੈਕਸਟ ਡੇ ਉਹਨਾਂ ਦੇ ਬੇਟੇ ਨੂੰ ਮਤਲਬ ਬੁਲਾਇਆ ਤੇ ਪਾਟਿਆ ਸਾਹਿਬ ਨੂੰ ਉਸੇ ਲੇਕਿਨ ਉਹਨਾਂ ਦੇ ਐਕਸਕਿਊਜ਼ ਦੇ ਦਿੱਤਾ ਕਿ ਮੈਂ ਇਸ ਜਗ੍ਹਾ ਮੀਟਿੰਗ 'ਚਾਂ ਤੇ ਉਹਨਾਂ ਦਾ ਬੇਟਾ ਆ ਕੇ ਆਪਣੀ ਸਟੇਟਮੈਂਟ ਦੇ ਕੇ ਗਿਆ ਔਰ ਕੱਲ ਰਾਤੀ ਵੀ ਸਿਫਾਰਿਸ਼ਾਂ ਦਾ ਬੜਾ ਦੌਰ ਚੱਲ ਰਿਹਾ ਕੋਟਲਾ ਥਾਣੇ ਸਿਫਾਰਿਸ਼ਾਂ ਦਾ ਦੌਰ ਚੱਲਦਾ ਰਹੇਗਾ ਔਰ ਅੱਜ ਉਹਨਾਂ ਨੂੰ ਬੁਲਾਇਆ ਵੀ ਹੋਇਆਗਾ ਔਰ ਸਾਡੇ ਕੋਲੋਂ ਲੋਕਲ ਪੁਲਿਸ ਨੇ ਕੁਝ ਕੁਐਸ਼ਨ ਮੰਗੇ ਸੀ ਰੇਸ ਕੀਤੇ ਸੀ ਅਸੀਂ ਉਹ ਫੁੱਲਫਿਲ ਕਰ ਦਿੱਤਾ ਹੈਗਾ ਔਰ ਬਹੁਤ ਜਲਦ ਉਮੀਦ ਹੈਗੀ ਐਫਆਈਆਰ ਹੋਏਗੀ ਹੋਏਗੀ ਸਰ ਤੁਸੀਂ ਬੜੀ ਵੱਡੀ ਗੱਲ ਕੀਤੀ ਸਿਫਾਰਿਸ਼ ਕੌਣ ਕਰ ਰਹੇ ਸੀ ਵਾਰਿਸ਼ ਸਿਫਾਰਿਸ਼ ਆਈ ਸਿਫਾਰਿਸ਼ ਕਰਾਣਾ ਹੈ ਕਿ ਥਾਣੇ ਨੂੰ ਥਾਣੇ ਚ ਪਾਟਿਆ ਸਾਹਿਬ ਨੂੰ ਨਾ ਜਾਣਾ ਪਏ ਔਰ ਦਿੱਲੀ ਸੇ ਗੁਰਦੁਆਰਾ ਕਮੇਟੀ ਦੇ ਮੌਜ਼ਿਸ ਲੋਕਾਂ ਨੇ ਫੋਨ ਕੀਤਾ ਐਸਐਚਓ ਨੂੰ ਏਸੀਪੀ ਨੂੰ ਔਰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਕੀਤਾ ਗਿਆ ਕਿ ਇਹ ਕੇਸ ਦਿੱਲੀ ਕਮੇਟੀ ਕੋਲ ਆਇਆ ਕਮਰੇ ਆ ਗਿਆ ਕਿ ਉਹਨਾਂ ਥਾਣੇ ਫੋਨ ਕਰਨ ਜੋਗੀ ਰਹੀ ਦਿੱਲੀ ਕਮੇਟੀ ਆ ਤੁਹਾਡਾ ਕਹਿੰਦਾ ਮਤਲਬ ਐ ਹੈਗਾ ਬਿਲਕੁਲ ਸਰ ਜੇ ਆਪਣੇ ਬੰਦੇ ਨੂੰ ਬਚਾਣਗੇ ਨਾ ਚੋਰ ਕੋਈ ਕਹਿੰਦਾ ਕਿ ਮੈਂ ਚੋਰੀ ਕੀਤੀ ਹੈਗੀ ਹੈ ਆਪਣੇ ਬੰਦੇ ਨੂੰ ਤਾਂ ਬਚਾਣਗੇ ਗਲਤੀ ਤੇ ਆਈ ਹੈ ਅੱਛਾ ਕਰ ਤੁਹਾਡੀ ਗੱਲ ਵੱਡੀ ਕਰਨੇ ਆ ਅਗਰ ਗਲਤੀ ਨਹੀਂ ਕੀਤੀ ਹੁੰਦੀ ਤੇ ਆਪਣੇ 2 ਦਿਨ ਬਾਅਦ ਵਿਡਰਾਉ ਕਿਉਂ ਕਰ ਜਾਂਦੇ ਉਹ ਲੈਟਰ ਚੇਂਜ ਕਰ ਦਿੱਤਾ ਉਹਨਾਂ ਨੇ ਨਹੀਂ ਮੈਂ ਇਹ ਲੈਟਰ ਕੁਛ ਆਪ ਜੀ ਤੋਂ ਪੁੱਛਾਂਗਾ ਕਿ ਲੈਟਰ ਚੇਂਜ ਕਰਤਾ ਸੀ ਕਿਹੜਾ ਲੈਟਰ ਹਟਾਇਆ ਤਾਂ ਉਹਨਾਂ ਨੇ ਦੱਸੋ ਅਲੇ ਫੇਸਬੁਕ ਤੋਂ ਵੀ ਪਾਇਆ ਸੀ ਫੇਸਬੁਕ ਤੋਂ ਪਾਇਆ ਫਿਰ ਕੋਈ ਦੂਜੇ ਪਤਾ ਚੱਲਿਆ ਉਹ WhatsApp ਤੋਂ ਗਰੁੱਪਾਂ ਜੂ ਵੀ ਹਟਾ ਦਿੱਤਾ ਹੋਰ ਦੇਖੋ ਗੱਲ ਇਸ ਤਰ੍ਹਾਂ ਹੈ ਮੈਂ ਤੁਹਾਨੂੰ ਗੱਲ ਦੱਸਾਂ ਇਹ ਹਲੇ ਤੱਕ ਸੰਗਤਾਂ ਨੇ ਨਿਗਾ ਰਹੇ ਹੈ ਇਹ ਕਿੰਨਾ ਗੋਲ ਲਵੰਦਾ ਬੰਦਾ ਹੈ ਇਹ 2017 ਸੰਗਤਾਂ ਨੇ ਨਿਗਾ ਰਿਆ ਇਹ ਹਾਰ ਗਿਆ 2021 ਸੰਗਤਾਂ ਨੇ ਨਿਗਾ ਰਿਆ ਇਹ ਹਾਰ ਗਿਆ ਹਾਰਨ ਦੇ ਚੰਦ ਦਿਨਾਂ ਬਾਅਦ ਪੰਜ ਸੱਤ ਦਿਨਾਂ ਬਾਅਦ ਇਹਨੇ ਮੇਰੇ ਖਿਲਾਫ ਪਟੀਸ਼ਨ ਬਾਤੇ 30000 ਦੀ ਕੋਰਟ ਵਿੱਚ ਵੀ ਇਸ ਇਲੈਕਸ਼ਨ ਨੂੰ ਰੱਦ ਕੀਤਾ ਜਾਏ ਇਲੈਕਸ਼ਨ ਠੀਕ ਨਹੀਂ ਹੋਇਆ ਦੱਸੋ ਇਸ ਤੋਂ ਵੱਡੀ ਸ਼ਰਮ ਦੀ ਕੀ ਗੱਲ ਹੋਏਗੀ ਇਲੈਕਸ਼ਨ ਕੀ ਠੀਕ ਨਹੀਂ ਹੋਇਆ ਸੀ ਪਤਾ ਨਹੀਂ ਕਿ ਤੁਹਾਨੂੰ ਪਤਾ ਹੋਏਗਾ ਕਿ ਠੀਕ ਨਹੀਂ ਹੋਇਆ ਇਲੈਕਸ਼ਨ ਤਾਂ ਠੀਕ ਹੋਇਆ ਸੀ ਔਰ ਇਲੈਕਸ਼ਨ ਕਮਿਸ਼ਨ ਨੇ ਜਵਾਬ ਦਿੱਤਾ ਵੀ ਅਸੀਂ ਸਭ ਵੀਰਾਂ ਹੁਣ ਲਾਸਟ ਕੁਐਸਚਨ ਆਪ ਜਨਰਲ ਦੇ ਲਾਸਟ ਕੁਐਸਚਨ ਹੈਗਾ ਇੱਕ ਇੱਕ ਲਾਈਨ ਤੇ ਜਵਾਬ ਚਾਹਾਂਗਾ ਹੁਣ ਐਸ ਫਾਈਟ ਦਾ ਹੱਲ ਕੀ ਹੋਏਗਾ ਉਹਨਾਂ ਇਸ ਕੰਪਲੇਂਟ ਦਾ ਹੱਲ ਕੀ ਹੈਗਾ ਹੱਲ ਕੁਝ ਨਹੀਂ ਹੈ ਜੀ ਕੋਈ ਕਾਨੂੰਨੀ ਕਾਰਵਾਈ ਹੋਏਗੀ ਜੋ ਕਾਨੂੰਨ ਕਹੇਗਾ ਮੈਂ ਪਾਰਟੀ ਆ ਮਾਫੀ ਮੰਗ ਲੈਂਦੇ ਨੇ ਜਾਂ ਐਪੋਲੋਜੀ ਲੈਟਰ ਦੇ ਦਿੰਦਾ ਕੁਝ ਹੋਏਗਾ ਤੇ ਪਹਿਲੀ ਵਾਰ ਥੋੜੀ ਕੀਤਾ ਨੇ ਪਹਿਲੇ ਨੇ ਲਿਖਿਆ ਪਹਿਲੇ ਇਹ ਲਿਖਣਾ ਸ਼ੁਰੂ ਕੀਤਾ ਤੇ ਪ੍ਰੈਜ਼ੀਡੈਂਟਡ ਆਫ ਡੀਐਸਜੀਐਮਸੀ ਮੈਂ ਤੇ ਜਦੋਂ ਲਾਈਟ ਲਿਆਵਾਂਗਾ ਕੋਈ ਗੱਲ ਨਹੀਂ ਲਿਖਦਾ ਕੋਈ ਗੱਲ ਨਹੀਂ ਫਿਰ ਉਹਨੇ ਮੈਂਬਰ ਹੀ ਲਿਖ ਦਿੱਤਾ ਗਲਤੀ ਤਾਂ ਗਲਤੀ ਹੋ ਗਈ ਨਾ ਪਹਿਲੇ ਨੇ ਛਾਰ ਛਾਪੇ ਰਿਪਰੈਜ਼ੈਂਟੇਟਿਵ ਡੀਐਸਜੀਐਮਸੀ ਤੇ ਮੈਂ ਕਹਾਂ ਕੋਈ ਗੱਲ ਨਹੀਂ ਉਹ ਖੁਸ਼ ਹੋ ਜਾਂਦਾ ਫਿਰ ਉਹਨੇ ਹੁਣ ਛਾਰ ਛਾਪਤੇ ਮੈਂਬਰ ਡੀਐਸਜੀਐਮਸੀ ਇਹ ਗਿਮਨ ਪ੍ਰਤਾਸ਼ ਉਹ ਚਾਹ ਰਹੀ ਹੈ ਦੋਸਤੋ ਸੰਗਤ ਨਾਲ ਸਾਂ ਚੋੜ ਕੇ ਭੇਜਿਆ ਸੰਗਤ ਸਾਨੂੰ ਕਾਲ ਨੂੰ ਪੁੱਛੇਗੀ ਤੁਸੀਂ ਕਿੱਥੇ ਵਾਜੀ ਜੇ ਅਸੀਂ ਸੰਗਤੀ ਸੇਵਾ ਨਾ ਕਰਦੇ ਸੰਗਤ ਨਾ ਕਰਦੇ ਅਸੀਂ 45 ਸਾਲ ਤੋਂ ਗੁਰੂ ਗੁਰੂ ਘਰ ਦੀ ਸੇਵਾ ਸੰਗਤੀ ਸੇਵਾ ਚ ਹੈ ਕਿ ਸੇਵਾ ਨਾ ਕਰਦੇ ਸਾਨੂੰ ਚੋਕ ਕੇ ਤੇ 2 ਸਾਲ ਬਾਅਦ ਚਾਰ ਸਾਹ ਸੰਗਤ ਬਾਹਰ ਮਾਰਦੀ ਐਵੇਂ ਛੇ ਛੇ ਵਾਰੀ ਦਿੱਲੀ ਸੀ ਗੁਰਦੁਆਰਾ ਕਮੇਟੀ ਤੇ ਤੋਂ ਚੁਣ ਕੇ ਨਾ ਭੇਜਦੀ ਇਹ ਸੰਗਤ ਦਾ ਆਸ਼ੀਰਵਾਦ ਹੈ ਸੰਗਤੀ ਸੇਵਾ ਹੈ ਸੰਗਤ ਸਾਨੂੰ ਚਾਂਦੀ ਹੈ ਸੰਗਤ ਪਿਆਰ ਕਰਦੀ ਹੈ ਸੰਗਤ ਨਵਰਾਜ ਦੀ ਕਿਰਪਾ ਹੈ ਸੰਗਤ ਸੰਗਰਨ ਅਸੀਂ ਸਭ ਤੋਂ ਉੱਤੇ ਸਮਝਦੇ ਹਾਂ ਜੋ ਸਾਡੇ ਕੋਲ ਆਇਆ ਕਦੀ ਅਸੀਂ ਸਾਡੇ ਸਾਡੀ 100% ਰਹਿ ਗਿਆ ਕਿ ਜਿਹੜਾ ਆਇਆ ਉਹਦਾ ਕੰਮ ਹੋਵੇ ਇਹ ਨਹੀਂ ਕਿ ਅਸੀਂ ਕਿਸੇ ਦਾ ਕੰਮ ਨੂੰ ਰੋਕਿਆ ਹੋਵੇ ਵੀਰ ਜੀ ਆਪ ਦੇ ਹੋਈਏ ਸੇਵ ਕੁਸ਼ਨ ਪੁੱਛਣਾ ਸਿੰਗਲ ਲਾਈਨਰ ਜਵਾਬ ਜੇ ਗੱਲ ਨੂੰ ਉਹ ਗੰਦਨੇ ਛੁੱਟੀ ਗਈ ਗੱਲ ਨੂੰ ਬਕਾਉ ਤੋਂ ਬੁਗਾਈ ਜਾਏਗੀ ਕਿ ਨਹੀਂ ਜਿਸ ਤਰ੍ਹਾਂ ਹੁਸਾਨੀ ਸਾਹਿਬ ਨੇ ਦੱਸਿਆ ਹੈਗਾ ਕਿ ਵੀ ਪਹਿਲੇ ਵੀ ਕਈ ਵਾਰ ਗਲਤੀ ਕਰ ਚੁੱਕਿਆ ਆਨਦੇ ਉਹ ਦੇਖਨੇ ਆ ਲੇਕਿਨ ਉਹ ਆਪਣੀ ਗਲਤੀ ਮੰਨਨ ਨੂੰ ਤਿਆਰ ਨਹੀਂ ਜਿਹੜੇ ਬੰਦੇ ਨੇ ਗਲਤੀ ਮੰਨੀ ਹੁੰਦੀ ਤੇ ਉਹ ਸਾਡੇ ਨਾਲ ਇੱਕ ਹੋਰ ਕੰਪਲੇਨੈਂਟ ਬੈਠੇ ਨੇ ਉਹਨਾਂ ਦੇ ਬੇਟੇ ਨੇ ਕੁਝ ਹੋਰ ਜਵਾਬ ਦਿੱਤਾ ਹੈਗਾ ਇਹ ਗੱਲ ਦਾ ਕੁਐਸਚਨ ਦਾ ਆਨਸਰ ਤੁਹਾਨੂੰ ਉਹ ਜ਼ਿਆਦਾ ਅੱਛਾ ਬਿਹਤਰੀ ਨਾਲ ਦੇ ਪਾਣਗੇ ਨੇ ਖਾਪੇ ਰੱਖਦਾ ਤੁਹਾਿੰਨਾਂ ਦੀ ਐਸੀ ਸਾਨੀਰ ਸਾਹਿਬ ਤੇ ਚੁੱਗ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਰੱਖ ਕੇ ਦਿਖਦੇ ਰਹੋ ਵੌਇਸ ਆਫ ਇੰਡੀਆ